ਲੋਕ ਸਭਾ ਸਪੀਕਰ ਓਮ ਬਿਰਲਾ ਨੇ ਪੀਤੇ ਦਿਨ ਲੋਕ ਸਭਾ ਚ ਸੰਸਦ ਮੈਂਬਰਾਂ ਦੀ ਸੌ ਦੇ ਨਿਯਮਾਂ ਵਿੱਚ ਬਦਲਾਅ ਕੀਤਾ। ਨਿਯਮ ਮੁਤਾਬਕ ਹੁਣ ਸੰਸਦ ਮੈਂਬਰਾਂ ਦੇ ਸੌ ਚੁੱਕਣ ਤੋਂ ਬਾਅਦ ਕੋਈ ਵੀ ਨਾਰੇਬਾਜ਼ੀ ਨਹੀਂ ਕੀਤੀ ਜਾਣੀ। ਓਮ ਬਿਰਲਾ ਨੇ ਸਪੀਕਰਸ ਇਨਸਟਰਕਸ਼ਨਸ ਦੇ ਵਿੱਚ ਇਨਸਟਰਕਸ਼ਨ 1 ਵਿੱਚ ਇੱਕ ਨਵਾਂ ਸੈਕਸ਼ਨ ਜੋੜਿਆ। ਨਿਰਦੇਸ਼ 1 ਦੀ ਨਵੀਂ ਧਾਰਾ 3 ਮੁਤਾਬਕ ਹੁਣ ਮੈਂਬਰ ਸਿਰਫ ਸੌ ਚੁੱਕਣਗੇ ਤੇ ਹਲਫਨਾਮੇ ਤੇ ਦਸਤਖਤ ਕਰਨਗੇ। ਇਸ ਦੌਰਾਨ ਉਹ ਕਿਸੇ ਸ਼ਬਦ ਜਾਂ ਕਿਸੇ ਮੁੱਦੇ ਤੇ ਟਿੱਪਣੀ ਨਹੀਂ ਕਰ ਸਕਦੇ। ਦਰਅਸਲ 18ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਦੇ ਦੂਜੇ ਦਿਨ ਸੰਸਦ ਮੈਂਬਰਾਂ ਨੇ ਸੌ ਚੁੱਕ AI MIM ਦੇ ਸੰਸਦ ਮੈਂਬਰ ਅਵੈਸੀ ਨੇ ਜੈ ਫਲਸਤੀਨ ਦਾ ਨਾਅਰਾ ਲਗਾਇਆ ਸੀ ਹੋਰ ਸੰਸਦ ਮੈਂਬਰਾਂ ਨੇ ਇਸ ਤੇ ਇਤਰਾਜ਼ ਉਟਾਇਆ ਤੇ ਓਬੈਸਟੀ ਤੋਂ ਇਲਾਵਾ ਕਈ ਹੋਰ ਸੰਸਦ ਮੈਂਬਰਾਂ ਨੇ ਵੀ ਵੱਖ-ਵੱਖ ਨਾਰੇ ਲਾਏ। ਰਾਹੁਲ ਗਾਂਧੀ ਨੇ ਸੌ ਚੁੱਕਣ ਤੋਂ ਬਾਅਦ ਜੈ ਹਿੰਦ ਤੇ ਜੈ ਸੰਵਿਧਾਨ ਦੇ ਨਾਰੇ ਲਾਏ। ਉੱਥੇ ਹੀ ਬਰੇਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਛਤਰਪਾਲ ਗੰਗਵਾਰ ਨੇ ਹਿੰਦੂ ਰਾਸ਼ਟਰ ਕੀ ਜੈ ਦਾ ਨਾਰਾ ਲਾਇਆ। ਸੋ ਇਸ ਤੋਂ ਇਲਾਵਾ ਜਦੋਂ ਅਯੋਧਿਆ ਤੋਂ ਸਫਾ ਸੰਸਦ ਮੈਂਬਰ ਅਵਦੇਸ਼ ਰਾਏ ਨੇ ਸੌ ਚੁੱਕੀ ਤਾਂ ਜੈ ਅਯੋਧਿਆ ਜੈ ਅਵਦੇਸ਼ ਦੇ ਨਾਰੇ ਲਾਏ। ਹੀਮਾ ਮਾਲੀਨੀ ਨੇ ਵੀ ਸੌ ਦੀ ਸ਼ੁਰੂਆਤ ਰਾਦੇ ਰਾਦੇ ਨਾਲ ਕੀਤੀ। ਇਹਨਾਂ ਨਾਰਿਆਂ ਬਾਰੇ ਸੰਸਦ ਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਨੇ ਇਲਜ਼ਾਮ ਲਾਇਆ ਕਿ ਸੰਸਦ ਮੈਂਬਰ ਸੌ ਚੁੱਕ ਸਮਾਗਮ ਆਪੜਾ ਸਿਆਸੀ ਸੰਦੇਸ਼ ਵੇਚ ਰਹੇ ਨੇ ਸੋ ਹੁਣ ਕੋਈ ਵੀ ਕਿਸੇ ਵੀ ਤਰੀਕੇ ਦਾ ਸਲੋਗਨ ਜਾਂ ਕਿਸੇ ਵੀ ਤਰੀਕੇ ਦਾ ਨਾਰਾ ਨਹੀਂ ਲਾ ਸਕਦਾ ਦਸਤਖਤ ਕਰਕੇ ਬਿਨਾ ਟਿੱਪਣੀ ਦਿੱਤੇ ਉਹਨਾਂ ਨੂੰ ਚਾਣਾ ਹੋਵੇਗਾ